ਵਧੀਆ ਹੀ ਸਮਾਪਤਾਂ ਰੱਖਣ ਵਾਲੇ ਤਮਾਮ ਵੀਰਾਂ, ਸੋਹਣੇ ਮਿੱਤਰਾਂ ਅਤੇ ਭਰਾਵਾਂ ਨੂੰ ਮੇਰਾ ਪਿਆਰ ਭਰਿਆ, ਖਲੂਸ ਭਰਿਆ ਸਲਾਮ, ਸਤਿ ਸ਼੍ਰੀ ਅਕਾਲ ਅਤੇ ਨਮਸਤੇ। ਵੀਰੋ ਅਤੇ ਮਿੱਤਰੋ ਅਤੇ ਭਰਾਓ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸੁੱਚੀਆਂ ਗੱਲਾਂ ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਅੱਜ ਅਸੀਂ ਇੱਕ ਹੋਰ ਗੱਲ 'ਤੇ ਪ੍ਰਚਾਰ ਕਰਾਂਗੇ। ਗੱਲਾਂ ਬੜੀਆਂ ਸਾਦੀਆਂ, ਕਿਉਂਕਿ ਮੇਰੇ ਪੰਜਾਬ ਦੇ ਸਾਰੇ ਲੋਕ ਹੀ ਸਾਦੇ ਨੇ। ਗੱਲ ਇੰਜੇ, ਸ਼ਰਮ ਹਯਾ ਅਤੇ ਫਤਵੇ ਲਾਵੇ ਅਤੇ ਹੁਸਨ ਨੂੰ ਲੱਭੇ ਵਿੱਚ ਬਾਜ਼ਾਰਾਂ। ਦੁਨੀਆ ਰਾਜ਼ੀ ਹੋ ਨਹੀਂ ਸਕਦੀ, ਬੰਦਾ ਮੁੱਕਦਾ ਮੁੱਕ ਜਾਂਦਾ ਹੈ। ਜੇ ਕੰਡ 'ਤੇ ਨਸਲੀ ਯਾਰ ਹੋਵਣ, ਕਦੀ ਕੰਡ 'ਤੇ ਵਾਰ ਨਹੀਂ ਹੁੰਦਾ। ਪੰਜ ਵੇਲੇ ਦੀ ਟੱਕਰ ਮਾਰਾਂ 'ਤੇ ਮਨ ਵਿੱਚ ਬੁਗਜ਼ ਨੂੰ ਪਾਲਾਂ ਮੈਂ। ਓਏ ਬੇਹਯਾਈ ਦੀ ਖੀਰ ਨਾਲੋਂ ਜ਼ਹਿਰ ਹਯਾ ਦਾ ਚੰਗਾ। ਦੋ ਗੜੀਆਂ ਰੁਕ ਜਾ ਤਕਦੀਰੇ, ਮੈਨੂੰ ਲੱਗੀਆਂ ਤੋੜ ਨਭਾ ਲੈਣ ਦੇ। ਇੱਕ ਬੰਦੇ ਦਾ ਦਿਲ ਨਾ ਡਾਵੀਂ, ਓਏ ਬੰਦਿਆ ਇੱਕ ਬੰਦੇ ਦਾ ਦਿਲ ਨਾ ਡਾਵੀਂ, ਰੱਬ ਦਿਲਾਂ ਵਿੱਚ ਰਹਿੰਦਾ ਏ। ਇਲਮ ਰੱਖਾਂ ਗਲਾਫਾਂ ਦੇ ਵਿੱਚ ਅਤੇ ਇੱਜ਼ਤ ਲੋਕਾਂ ਦੀ ਉਛਾਲਾ ਮੈਂ। ਆਸੇ ਪਾਸੇ ਦਿਸਦੇ ਲੋਕੀ, ਨਾ ਦਿਸੇ ਕੋਈ ਇਨਸਾਨ। ਦਿਲ ਵਿੱਚ ਬੁਗਜ਼ ਦੇ ਮਹਿਲ ਬਣਾ ਕੇ ਖਾਲੀ ਪਏ ਨੇ ਮਕਾਨ। ਨੰਗੀਆਂ ਮਾਵਾਂ ਭੈਣਾਂ ਫਿਰਦੀਆਂ ਅਤੇ ਚਾਦਰਾਂ ਚੜ੍ਹਨ ਮਜ਼ਾਰਾਂ 'ਤੇ। ਚੰਗਾ ਵੇਲਾ ਮੋੜ ਦੇ ਸਾਈਆਂ, ਤੈਨੂੰ ਕਾਹਦੀ ਥੋੜ ਵੇ ਸਾਈਆਂ। ਬੰਦੇ ਕਰਦੇ ਰਿਜ਼ਕ ਜ਼ਖੀਰਾ 'ਤੇ, ਬੰਦੇ ਹੀ ਭੁੱਖੇ ਮਰਦੇ ਨੇ। ਰਾਜ਼ਕ ਰੋਜ਼ੀ ਇੱਥੋਂ ਦਿੰਦਾ, ਜਿੱਥੋਂ ਵਹਿਮ ਗੁਮਾਨ ਨਹੀਂ ਹੁੰਦਾ। ਬੰਦੇ ਲੱਖ ਕਰੋੜ ਬੁੱਲਿਆ, ਹਰ ਬੰਦਾ ਇਨਸਾਨ ਨਹੀਂ ਹੁੰਦਾ। ਵਿੱਚ ਮਸੀਤਾਂ ਕੀ ਕੁਝ ਹੁੰਦਾ, ਜੇ ਦਿਲੋਂ ਨਮਾਜ਼ ਨਾ ਨੀਤੀ। ਬਾਹਰੋਂ ਪਾਕ ਕੀਤਿਆਂ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ। ਇੱਥੇ ਕਈਆਂ ਨੂੰ ਮਾਣ ਵਫਾਵਾਂ ਦਾ ਅਤੇ ਕਈਆਂ ਨੂੰ ਨਾਜ਼ ਅਦਾਵਾਂ ਦਾ। ਅਸੀਂ ਪੀਲੇ ਪੱਤੇ ਦਰਖਤਾਂ ਦੇ, ਸਾਨੂੰ ਰਹਿੰਦਾ ਖੌਫ ਹਵਾਵਾਂ ਦਾ, ਸਾਨੂੰ ਰਹਿੰਦਾ ਖੌਫ ਹਵਾਵਾਂ ਦਾ। ਅੱਜ ਦਾ ਪ੍ਰੋਗਰਾਮ ਪੰਜਾਬ ਦੇ ਲੋਕ ਵਿਰਸੇ ਦੇ ਹਵਾਲੇ ਨਾਲ, ਅਤੇ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਸਰਦਾਰ ਹੈਦਰ ਅਲੀ ਨੂੰ ਦੋਵੋ ਇਜਾਜ਼ਤ। ਅਤੇ ਇੱਕ ਛੋਟੀ ਜਿਹੀ ਗੱਲ ਜਿਹੜੀ ਹਮੇਸ਼ਾ ਕੀਤੀ ਹੈ ਕਿ ਆਪਣਾ ਅਤੇ ਆਪਣਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਨਿਗਹਿਬਾਨ।